ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਾਹੁਲ ਕਾਲਾ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਕਿ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਜੋ ਹੋਏ ਸੀ 10 ਮਈ ਨੂੰ ਉਸ ਦੇ ਨਤੀਜੇ 13 ਮਈ ਯਾਨੀ ਕਿ ਕੱਲ ਨੂੰ ਆ ਰਹੇ ਨੇ ਤਾਂ ਦਾ ਖਾਲਸ ਟੀਵੀ ਦੇ ਉੱਪਰ ਤੁਸੀਂ ਲਾਈਵ ਸਵੇਰੇ 8 ਵਜੇ ਤੋਂ ਦੇਖ ਸਕਦੇ ਹੋ ਸਟੀਕ ਨਤੀਜੇ ਸਭ ਤੋਂ ਪਹਿਲਾਂ ਔਰ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਇਹ ਸਾਰਾ ਸਾਰੀ ਜਾਣਕਾਰੀ ਜਿਹੜੀ ਹੈਗੀ ਐ ਇਸ ਦੇ ਵਿੱਚ ਦਵਾਂਗੇ ਤੁਸੀਂ ਲਾਈਵ ਦੇ ਨਾਲ ਜੁੜੇ ਰਹੇ ਤਾਂ ਹੁਣ ਅੱਗੇ ਵਧਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ ਜੋ 5 ਵਜੇ ਤੱਕ ਦੀਆਂ ਨੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਜ਼ਿਕਰ ਕਰਾਂਗੇ ਜੋ ਇੰਡਸਟਰੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਕਿ ਹੁਣ ਇੰਡਸਟਰੀ ਜਾਂ ਫਿਰ ਪੰਜਾਬ ਦੇ ਵਿੱਚ ਜੋ ਨਿਵੇਸ਼ ਕਰਨ ਵਾਲੇ ਹੈਗੇ ਉਹਨਾਂ ਨੂੰ ਕੁਝ ਸਹੂਲਤਾਂ ਦਿੱਤੀਆਂ ਗਈਆਂ ਉਹਨਾਂ ਦੇ ਲਈ ਇੱਕ ਹਰਾ ਸਟੈਂਪ ਪੇਪਰ ਜਾਰੀ ਕੀਤਾ ਗਿਆ ਇਸ ਸਟੈਂਪ ਪੇਪਰ ਦੀ ਕੀਮਤ ਬਾਕੀਆਂ ਜਿਹੜੇ ਹੈਗੇ ਸਟੈਂਪ ਪੇਪਰ ਉਹਨਾਂ ਤੋਂ ਤਾਂ ਵੱਧ ਹੋਵੇਗੀ ਪਰ ਇਸ ਦੇ ਵਿੱਚ ਇਹ ਸਹੂਲਤ ਹੋਵੇਗੀ ਹਰੇ ਪੇਪਰ ਦੇ ਵਿੱਚ ਕਿ ਸਿਰਫ ਇਸ ਦਾ ਜਿਹੜਾ ਤਾਲੁਕਾਤ ਹੈਗਾ ਉਹ ਫੈਕਟਰੀ ਲਗਾਉਣ ਦੇ ਲਈ ਇੰਡਸਟਰੀ ਲਗਾਉਣ ਦੇ ਲਈ ਹੋਵੇਗਾ ਤਾਂ ਜੋ ਵੀ ਨਿਵੇਸ਼ਕ ਪੰਜਾਬ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਹੈ ਤਾਂ ਉਹ ਪੰਜਾਬ ਸਰਕਾਰ ਦੀ ਇਨਵੈਸਟ ਪੰਜਾਬ ਜਿਹੜੀ ਵੈਬਸਾਈਟ ਹੈਗੀ ਹੈ ਉੱਥੇ ਜਾ ਕੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸੇ ਕਿ ਪੰਜਾਬ ਦੇ ਕਿਹੜੇ ਹਿੱਸੇ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੱਥੇ ਲਗਾਣੀ ਹੈ ਫੈਕਟਰੀ ਕਿੰਨੇ ਏਕੜ ਦੇ ਵਿੱਚ ਲਗਾਣੀ ਉਸ ਦਾ ਖਸਰਾ ਨੰਬਰ ਜਿਹੜਾ ਉਸ ਤੇ ਅਪਲੋਡ ਕਰੇ ਜਾਂ ਫਿਰ ਸਿੱਧਾ ਦਫ਼ਤਰ ਦੇ ਵਿੱਚ ਆ ਕੇ ਇਨਵੈਸਟ ਪੰਜਾਬ ਦੇ ਦਫ਼ਤਰ ਦੇ ਵਿੱਚ ਵੀ ਆ ਕੇ ਕਰ ਸਕਦਾ ਜਾਣਕਾਰੀ ਦੇ ਸਕਦਾ ਹੈ ਇਸ ਤੋਂ ਬਾਅਦ ਉੱਥੋਂ ਫਿਰ ਇਹਨਾਂ ਨੂੰ ਇੱਕ ਗ੍ਰੀਨ ਅਸ਼ਟਾਮ ਪੇਪਰ ਮਿਲੇਗਾ ਉਹ ਫਿਲ ਕਰਕੇ ਉਸ ਦੀ ਫੀਸ ਭਰ ਕੇ ਉਸ ਤੋਂ ਬਾਅਦ 10 ਤੋਂ 14 ਦਿਨਾਂ ਦੇ ਵਿੱਚ ਵਿੱਚ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਮਨਜ਼ੂਰੀ ਦੀ ਇਹ ਪੂਰੀ ਹੋ ਜਾਵੇਗੀ ਇਸ ਹਰੇ ਪੇਪਰ ਦੇ ਵਿੱਚ ਸਾਰੀ ਐਨਓਸੀ ਜਿਹੜੀਆਂ ਹੈਗੀਆਂ ਜਿਵੇਂ ਕਿ ਸੀਐਲਯੂ ਹੋਗੀ ਫੋਰੈਸਟ ਡਿਪਾਰਟਮੈਂਟ ਦੀ ਹੋਗੀ ਪੋਲੂਸ਼ਨ ਦੀ ਹੋਗੀ ਫਾਇਰ ਵਿਭਾਗ ਦੀ ਹੋਗੀ ਇਹ ਸਾਰੀਆਂ ਐਨਓਸੀ ਜਿਹੜੀਆਂ ਹੈਗੀਆਂ ਇਹ ਨਾਲ ਦੀ ਨਾਲ ਇੱਕ ਪੇਪਰ ਤੇ ਹੀ 10 ਤੋਂ 14 ਦਿਨਾਂ ਦੇ ਵਿੱਚ ਆਲੇ-ਵਿਚਾਲੇ ਮਿਲ ਜਾਵੇਗੀ ਫਿਰ ਉਸ ਤੋਂ ਬਾਅਦ ਬੰਦਾ ਜਾਂ ਉਹ ਮਾਲਕ ਜੋ ਫੈਕਟਰੀ ਲਗਾਉਣਾ ਚਾਹੁੰਦਾ ਹੈ ਉਹ ਆਪਣਾ ਇੱਥੇ ਇਨਵੈਸਟ ਕਰ ਸਕਦਾ ਹੈ ਉਧਰ ਨਵਜੋਤ ਸਿੰਘ ਸਿੱਧੂ ਜਦੋਂ ਪਟਿਆਲਾ ਜੇਲ੍ਹ ਤੋਂ ਆਪਣੀ 1 ਸਾਲ ਦੀ ਸਜ਼ਾ ਪੂਰੀ ਕਰਕੇ ਬਾਹਰ ਆਉਂਦੇ ਆ ਤਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ Z+ ਜਿਹੜੀ ਸੁਰੱਖਿਆ ਹੁੰਦੀ ਹੈ ਉਹ ਹਟਾ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ Y ਸੁਰੱਖਿਆ ਦੇ ਦਿੱਤੀ ਜਾਂਦੀ ਹੈ ਸਿੱਧੂ ਨੇ ਇਹ ਚੈਲੰਜ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਕੀਤਾ ਸੀ ਅੱਜ ਸੁਣਵਾਈ ਹੋਈ ਹੈ ਜਿੱਥੇ ਸਰਕਾਰ ਨੂੰ ਹਾਈ ਕੋਰਟ ਨੇ ਫਟਕਾਰ ਲਗਾਈ ਹੈ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਹੈ ਤਾਂ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਵੀ ਕਿਸੇ ਵੀ ਹਾਲਤ ਦੇ ਵਿੱਚ ਵੀਰਵਾਰ ਆਂਦੇ ਵੀਰਵਾਰ ਤੱਕ ਆਪਣਾ ਜਵਾਬ ਦਾਖਲ ਕਰੋ ਦਰਅਸਲ ਜੋ ਪਿਛਲੀ ਵਾਰ ਸੁਣਵਾਈ ਹੋਈ ਸੀ ਤਾਂ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਆਪਣਾ ਜਵਾਬ ਦਾਖਲ ਕਰਾਂਗੇ ਪਰ ਅੱਜ ਵੀ ਸਰਕਾਰ ਨਹੀਂ ਦਾਖਲ ਕਰ ਸਕੀ ਕਾਰਨ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੀ ਜਿਹੜੀ ਏਜੰਸੀਆਂ ਹੈਗੀ ਉਹਨਾਂ ਦੀ ਰਿਪੋਰਟ ਨਹੀਂ ਆਈ ਸਾਡੇ ਕੋਲ ਇਸ ਕਰਕੇ ਅਸੀਂ 2 ਹਫ਼ਤੇ ਦਾ ਸਾਨੂੰ ਹੋਰ ਸਮਾਂ ਚਾਹੀਦਾ ਹੈ ਜਵਾਬ ਦਾਖਲ ਕਰਨ ਦੇ ਲਈ ਤਾਂ ਇਸ ਮਾਮਲੇ ਦੇ ਉੱਪਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 2 ਹਫ਼ਤੇ ਦਾ ਸਮਾਂ ਨਹੀਂ ਦਿੱਤਾ ਜਾਵੇਗਾ ਅਗਲੇ ਵੀਰਵਾਰ ਨੂੰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਆਪਣਾ ਜਵਾਬ ਦਾਖਲ ਕਰਨਾ ਪਵੇਗਾ ਤੇ ਨਾਲ ਦੀ ਨਾਲ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਬਿਨਾ ਪੁੱਛੇ ਸੁਰੱਖਿਆ ਕਿਵੇਂ ਘਟਾਈ ਗਈ ਹੈ ਉਧਰ ਪੁਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੂੰ ਅੱਜ ਅਦਾਲਤ ਕਪੂਰਥਲਾ ਦੀ ਨੇ ਜਿਹੜਾ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਯਾਨੀ ਕਿ ਜੋ ਗੈਰ ਜ਼ਮਾਨਤੀ ਧਾਰਾਂ ਲੱਗੀਆਂ ਹੋਈਆਂ ਸੀ ਉਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਅਗਾਊਂ ਜ਼ਮਾਨਤ ਲੈ ਲਈ ਹੈ ਸੁਖਪਾਲ ਸਿੰਘ ਖੈਰਾ ਦੇ بیٹے ਐਡਵੋਕੇਟ ਮਹਿਤਾਬ ਖੈਰਾ ਨੇ ਟਵੀਟ ਕਰਕੇ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਨੇ ਲਿਖਿਆ ਕਿ ਆਪ ਦੇ ਜਿਹੜੇ ਇੱਕ ਕੈਬਨਿਟ ਮੰਤਰੀ ਦੀ ਜਿਹੜੀ ਇੱਕ ਵੀਡੀਓ ਆਈ ਸੀ ਇਸ ਨੂੰ ਦਬਾਉਣ ਦੇ ਲਈ ਜਿਹੜਾ ਹੈਗਾ ਪ੍ਰੈਸ਼ਰ ਪਾਇਆ ਜਾ ਰਿਹਾ ਮੇਰੇ ਪਿਤਾ ਯਾਨੀ ਕਿ ਸੁਖਪਾਲ ਸਿੰਘ ਖੈਰਾ ਦੇ ਕੋਲ ਤੇ ਐਸਡੀਐਮ ਨੂੰ ਧਮਕੀਆਂ ਦੇਣ ਦਾ ਜਿਹੜਾ ਝੂਠਾ ਕੇਸ ਦਰਜ ਕੀਤਾ ਗਿਆ ਤਾਂ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਜੋ ਐਸ ਡੀ ਐਮ ਪੁਲੱਥ ਦੇ ਨਾਲ ਬਹਿਸ ਹੋਈ ਸੀ ਤਾਂ ਇਸ ਦੇ ਬਾਅਦ ਪੰਜਾਬ ਸਰਕਾਰ ਨੇ ਜਦੋਂ ਸੁਖਪਾਲ ਸਿੰਘ ਖੈਰਾ ਨੇ ਇਹ ਮੁੱਦਾ ਚੁੱਕਿਆ ਸੀ ਵੀਡੀਓ ਦਾ ਮੰਤਰੀ ਦੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸੁਖਪਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ ਗੈਰ ਜ਼ਮਾਨਤੀ ਧਾਰਾ ਜੋੜ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਪੂਰਥਲਾ ਅਦਾਲਤ ਦਾ ਰੁਕ ਕੀਤਾ ਗਿਆ ਤੇ ਅਦਾਲਤ ਨੇ ਸੁਖਪਾਲ ਸਿੰਘ ਖੈਰਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਅੱਜ ਜਿਹੜਾ ਹੈਗਾ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਤਾਂ ਸਾਲ 2020 ਦੇ ਵਿੱਚ ਬਿਆਸ ਥਾਣੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਸਮੇਤ ਕਈ ਅਕਾਲੀ ਆਗੂਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਇਲਜ਼ਾਮ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਘਟਨਾ ਸਮੇ ਬਿਆਸ ਦਰਿਆ ਤੇ ਪਹੁੰਚ ਕੇ ਮਾਈਨਿੰਗ ਨੂੰ ਰੋਕ ਦਿੱਤਾ ਸੀ ਅਤੇ ਉੱਥੇ ਮੌਜੂਦ ਅਧਿਕਾਰੀਆਂ ਦੇ ਨਾਲ ਦੁਰਵਿਹਾਰ ਕੀਤਾ ਸੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਸ ਸਮੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਹੈ ਪੁਲਿਸ ਨੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮਾਂ ਦੇ ਤਹਿਤ ਇਹ ਕੇਸ ਦਰਜ ਕੀਤਾ ਸੀ ਹੁਣ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਹੈਗੀ ਹੈ ਉਹ 29 ਮਈ ਨੂੰ ਹੋਵੇਗੀ ਜਲੰਧਰ ਹੁਸ਼ਿਆਰਪੁਰ ਰੋਡ ਤੇ ਪਿੰਡ ਪੀਪਲਾਂ ਵਾਲਾ ਵਿਖੇ ਇੱਕ ਗੈਂਗਵਾਰ ਦੀ ਘਟਨਾ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ 사જન ਨਾ ਜੋ ਹੈਗਾ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਸ ਗੈਂਗਵਾਰ ਜੋ ਗੈਂਗਵਾਰ ਹੋਈ ਹੈ ਇਸ ਦੇ ਵਿੱਚ 사જન ਦੇ ਸਿਰ ਦੇ ਵਿੱਚ ਦੋ ਗੋਲੀਆਂ ਲੱਗਦੀਆਂ ਜਿਸ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਉੱਥੇ ਮ੍ਰਿਤਕ ਐਲਾਨ ਦਿੱਤਾ ਜਾਂਦਾ ਕ੍ਰੋਸ ਫਾਇਰਿੰਗ ਦੇ ਵਿੱਚ ਦੂਸਰੇ ਧਿਰ ਦਾ ਜਿਹੜਾ ਗੈਂਗਸਟਰ ਹੈਗਾ ਚੰਨਾ ਉਸ ਦੇ ਸਿਰ ਦੇ ਵਿੱਚ ਵੀ ਦੋ ਗੋਲੀਆਂ ਲੱਗੀਆਂ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ ਹਾਲਾਂਕਿ ਉਸ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਅਗਲੀ ਤਫ਼ਤੀਸ਼ ਜਿਹੜੀ ਸ਼ੁਰੂ ਕਰ ਦਿੱਤੀ ਹੈ ਸ੍ਰੀ ਮੁਖਸਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਬਾਜਾ ਮਰਾੜ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਦਾ ਇੱਕ ਸਾਲ ਦਾ ਬੱਚਾ ਕਣਕ ਦੀ ਨਾੜ ਨੂੰ ਅੱਗ ਜਿਸ ਨੇ ਲਗਾਈ ਹੋਈ ਸੀ ਆਪਣੇ ਖੇਤਾਂ ਦੇ ਵਿੱਚ ਉਸ ਅੱਗ ਦੇ ਨਾਲ ਝੁਲਸ ਗਿਆ ਜਿਸ ਦੀ ਮੌਤ ਹੋ ਗਈ ਹੈ ਪ੍ਰਵਾਸੀ ਮਜ਼ਦੂਰ ਸੀ ਜੋ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਅਨਾਜ ਮੰਡੀ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਇਆ ਸੀ ਤਾਂ ਉਸ ਦੇ ਪਿੰਡ ਨੇੜੇ ਜਿਹੜੀ ਝੌਂਪੜੀ ਬਣਾਈ ਹੋਈ ਸੀ ਉਸ ਨੇ ਤਾਂ ਇਸ ਦੌਰਾਨ ਖੇਤਾਂ ਦੇ ਵਿੱਚ ਜਦੋਂ ਕਣਕ ਦੀ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਜਿਹੜੀ ਹੈ ਲਪੇਟ ਇਸ ਜੋ ਝੌਂਪੜੀ ਬਣਾਈ ਹੋਈ ਹੈ ਝੁੱਗੀ 'ਚ ਰਹਿੰਦੇ ਸੀ ਉੱਥੇ ਤੱਕ ਪਹੁੰਚ ਜਾਂਦੀ ਹੈ ਤੇ ਝੁੱਗੀ ਦੇ ਅੰਦਰ ਇੱਕ ਸਾਲ ਦਾ ਬੱਚਾ ਬੈਠਾ ਹੁੰਦਾ ਜਿਸ ਦੀ ਮੌਤ ਹੋ ਜਾਂਦੀ ਹੈ ਝੁਸਕੇ ਬਰਨਾਲਾ ਦੇ ਪਿੰਡ ਵਜੀਦਕੇ ਦਾ ਨੌਜਵਾਨ ਜਸਵੀਰ ਸਿੰਘ ਜੋ ਜੰਮੂ ਦੇ ਵਿੱਚ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਿਆ ਸੀ ਗੋਲੀ ਲੱਗਣ ਦੇ ਨਾਲ ਤਾਂ ਦੇਸ਼ ਦੇ ਲਈ ਜਾਨ ਵਾਰੀ ਹੈ ਉਸ ਬਹਾਦਰ ਨੇ ਜਸਵੀਰ ਸਿੰਘ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਰਨਾਲਾ ਦੇ ਵਜੀਦ ਕੇ ਵਿਖੇ ਕਰ ਦਿੱਤਾ ਗਿਆ ਨਮ ਅੱਖਾਂ ਦੇ ਨਾਲ ਪੂਰੇ ਇਲਾਕੇ ਨੇ ਵਿਦਾਇਤੀ ਦਿੱਤੀ ਹੈ ਇਸ ਮੌਕੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚੇ ਹੋਏ ਸੀ ਫੌਜ ਦੇ ਵੀ ਤੇ ਸਥਾਨਕ ਪ੍ਰਸ਼ਾਸਨ ਜ਼ਿਲ੍ਹਾ ਵੀ ਪਹੁੰਚਿਆ ਹੋਇਆ ਸੀ ਤਾਂ ਨਮ ਅੱਖਾਂ ਦੇ ਨਾਲ ਵਿਦਾਇਤੀ ਦਿੱਤੀ ਗਈ ਪੂਰੀ ਔਰ ਨਾਲ ਦੀ ਨਾਲ ਜਿੰਨੇ ਵੀ ਇਲਾਕਾ ਹੈਗਾ ਹਰ ਪਾਸੇ ਸੋਗ ਦੀ ਲਹਿਰ ਫੈਲੀ ਹੋਈ ਸੀ 에ਅਰ ਇੰਡੀਆ ਨੇ ਆਪਣੀ ਵੈਬਸਾਈਟ ਅਤੇ ਮੋਬਾਈਲ ਐਪਲੀਕੇਸ਼ਨਾਂ ਦੇ ਰਾਹੀਂ 20 ਮਈ 2023 ਤੋਂ ਸ਼ੁਰੂ ਹੋਣ ਵਾਲੀ ਆਪਣੀ ਨੌਨ-ਸਟਾਪ ਰੋਜ਼ਾਨਾ ਅੰਮ੍ਰਿਤਸਰ-ਮੁੰਬਈ ਉਡਾਣ ਸੇਵਾ ਦੇ ਲਈ ਹੁਣ ਬੁਕਿੰਗਾਂ ਖੋਲ੍ਹ ਦਿੱਤੀਆਂ ਨੇ ਇਹ ਉਡਾਣ ਸੇਵਾ ਜਿਹੜੀ ਹੈਗੀ ਆ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਵਿਚਕਾਰ ਦੋ ਪਾਸੜ ਕਨੈਕਟੀਵਿਟੀ ਪ੍ਰਦਾਨ ਕਰੇਗੀ ਉਡਾਣ ਅੱਧੀ ਰਾਤ ਤੋਂ ਬਾਅਦ ਚਲੇਗੀ ਜਿਸ ਦੇ ਨਾਲ ਯਾਤਰੀਆਂ ਨੂੰ ਮੁੰਬਈ ਅਤੇ ਹੋਰ ਟਿਕਾਣਿਆਂ ਤੇ ਸਵੇਰੇ ਤੜਕੇ ਜਿਹੜੇ ਇਹ ਪਹੁੰਚ ਸਕਣਗੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਖਿਲਾਫ ਦਿੱਲੀ ਪੁਲਿਸ ਨੇ ਜਿਹੜਾ ਹੈਗਾ ਉਸ ਘਟਨਾ ਦੀ ਜਾਂਚ ਕਰਨ ਦੇ ਲਈ ਜਾਂ ਜੋ ਇਲਜ਼ਾਮ ਲਗਾਏ ਨੇ ਇਸ ਦੇ ਉੱਪਰ ਜਾਂਚ ਕਰਨ ਦੇ ਲਈ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਹੈ ਅੱਜ ਦਿੱਲੀ ਪੁਲਿਸ ਦੇ ਸਾਹਮਣੇ ਬ੍ਰਿਜ ਪੁਸ਼ਨ ਜਿਹੜੇ ਹੈਗਾ ਉਹ ਪੇਸ਼ ਹੋਇਆ ਸੀ ਆਪਣੇ ਉਹਨਾਂ ਨੇ ਬਿਆਨ ਦਰਜ ਕਰਵਾਏ ਨੇ ਇਸ ਦੇ ਨਾਲ ਹੀ ਜੋ ਪੁਲਿਸ ਨੇ ਦਸਤਾਵੇਜ਼ ਵੀ ਮੰਗੇ ਸੀ ਉਹ ਵੀ ਦੇ ਦਿੱਤੇ ਗਏ ਨੇ ਬ੍ਰਿਜ ਪੁਸ਼ਨ ਨੇ ਆਪਣੇ ਦੇ ਉੱਪਰ ਜੋ ਇਲਜ਼ਾਮ ਲੱਗੇ ਹਾਲਾਂਕਿ ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਜਿਹੜਾ ਉਹ ਇਨਕਾਰ ਕਰ ਰਹੇ ਨੇ ਇਸ ਸਬੰਧ ਵਿੱਚ ਜੋ ਐਸਆਈਟੀ ਦਾ ਗਠਨ ਕੀਤਾ ਗਿਆ ਇਸ ਦੇ ਵਿੱਚ 4 ਮਹਿਲਾ ਪੁਲਿਸ ਅਧਿਕਾਰੀਆਂ ਸਮੇਤ 6 ਪੁਲਿਸ ਟੀਮਾਂ ਬਣਾਈਆਂ ਗਈਆਂ ਨੇ ਦਿੱਲੀ ਪੁਲਿਸ ਨੇ ਕਿਹਾ ਕਿ ਫੈਡਰੇਸ਼ਨ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਵੀ ਬਿਆਨ ਦਰਜ ਕੀਤਾ ਗਿਆ ਦਿੱਲੀ ਪੁਲਿਸ ਦੀ ਐਫਆਈਆਰ ਦੇ ਵਿੱਚ ਵਿਨੋਦ ਤੋਮਰ ਨੂੰ ਵੀ ਮਲਜ਼ਮ ਬਣਾਇਆ ਗਿਆ है है, CBSE ਨੇ ਹੁਣ 10ਵੀਂ ਜਮਾਤ ਦੇ ਨਤੀਜੇ ਵੀ ਐਲਾਨ ਕਰ ਦਿੱਤੇ ਐ ਔਰ 10ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ ਕੁੱਲ 93.12 ਫੀਸਦ ਜਿਹੜੇ ਵਿਦਿਆਰਥੀ ਹੈਗੇ ਉਹ ਪਾਸ ਹੋਏ ਨੇ CBSE ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈਗੀ ਐ cbse.gov.in ਇਸ ਦੇ ਉੱਪਰ ਰਿਜ਼ਲਟ ਚੈੱਕ ਕਿਤੇ ਜਾ ਸਕਦੇ ਨੇ ਇਸ ਤੋਂ ਪਹਿਲਾਂ ਅੱਜ 12ਵੀਂ ਦੇ ਨਤੀਜੇ ਵੀ ਐਲਾਨ ਕਰ ਦਿੱਤੇ ਸੀ पीएम नरेंद्र मोदी ਨੇ ਟਵੀਟ ਕਰਕੇ 12ਵੀਂ ਅਤੇ 10ਵੀਂ ਦੇ ਵਿੱਚ ਜੋ ਵੀ ਵਿਦਿਆਰਥੀ ਪਾਸ ਹੋਏ ਨੇ ਉਹਨਾਂ ਸਾਰਿਆਂ ਨੂੰ ਵਧਾਈ ਦਿੱਤੀ ਹੈ ਸੁਪਰੀਮ ਕੋਰਟ ਨੇ ਸੂਰਤ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਹਰੀਸ਼ ਵਰਮਾ ਸਣੇ ਗੁਜਰਾਤ ਦੀਆਂ ਹੇਠਲੀਆਂ ਅਦਾਲਤਾਂ ਦੇ 68 ਜੱਜਾਂ ਦੀ ਤਰੱਕੀ ਦੇ ਉੱਪਰ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਸੂਰਤ ਦੇ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੈਗੇ ਨੇ ਹਰੀਸ਼ ਵਰਮਾ ਇਨਾਂ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੂੰ ਮਨਹਾਨੀ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਤੇ 2 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਗੁਜਰਾਤ ਦੇ 68 ਜੱਜਾਂ ਦੀ ਤਰੱਕੀ ਦੇ ਉੱਪਰ ਰੋਕ ਲਗਾਈ ਹੈ ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ اسلامਾਬਾਦ ਹਾਈ ਕੋਰਟ ਨੇ ਇਸ ਜ਼ਮਾਨਤ ਦਿੱਤੀ ਹੈ ਦਰਸਲ ਹਾਈ ਕੋਰਟ ਨੇ ਅਲ ਕਾਦਰੀ ٹرسٹ ਮਾਮਲੇ ਦੇ ਵਿੱਚ ਜੋ ਪਾਰਕ ਰੇਂਜਰਸ ਵੱਲੋਂ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਜਿਹੜਾ ਹੈਗਾ ਖਿਲਾਫ ਅਦਾਲਤ ਦਾ ਰੋਕ ਕੀਤਾ ਗਿਆ ਸੀ ਔਰ ਪੇਸ਼ ਦੇ ਦੌਰਾਨ ਹੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਇਮਰਾਨ ਖਾਨ ਨੂੰ 2 ਹਫ਼ਤੇ ਦੀ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ 5 ਵਜੇ ਤੱਕ ਦੀਆਂ ਫਿਲਹਾਲ ਇਨ੍ਹਾਂ ਖਬਰਾਂ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੇ ਬਾਕੀ ਜਿਹੜੇ ਚੋਂ ਨਤੀਜੇ ਆਣੇ ਹਨ 13 ਮਈ ਨੂੰ ਤੁਸੀਂ ਦਾ ਖਾਲਸ ਟੀਵੀ ਦੇ ਨਾਲ ਸਵੇਰੇ 8 ਵਜੇ 13 ਮਈ ਨੂੰ ਲਗਾਤਾਰ ਬਣੇ ਰਹੋ